ਪੰਜਾਬ ਸਰਕਾਰ ਜੋ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੀ ਹੈ, ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਜੋ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਉਹਨਾਂ ਨੇ ਬੀੜਾ ਚੁੱਕਿਆ, ਉਧਰ ਨੂੰ ਉਸ ਰਸਤੇ ਚੱਲ ਰਹੇ ਨੇ। ਉਸੇ ਰਸਤੇ ਤੇ ਚੱਲਦੇ ਹੋਏ ਅੱਜ ਮਾਰਕਫੈਡ ਦੀ ਸਮੁੱਚੀ ਟੀਮ ਨਾਲ ਅਸੀਂ ਇੱਕ ਰਾਈਸ ਮਿਲ ਤੇ ਰੇਡ ਕੀਤੀ, ਜਿੱਥੇ ਸਾਨੂੰ ਪਤਾ, ਸਾਡੇ ਕੋਲ ਕੰਪਲੇਂਟ ਆਈ ਸੀ ਕਿ ਉੱਥੇ ਜੋ ਚੌਲਾਂ ਦੇ ਵਿੱਚ ਟੋਟਾ ਮਿਕਸ ਕਰਕੇ ਸਰਕਾਰ ਨੂੰ ਸਪਲਾਈ ਕੀਤਾ ਜਾ ਰਿਹਾ, ਤੇ ਉਸ ਸੰਬੰਧੀ ਜਦੋਂ ਅਸੀਂ ਆਪਣੀ ਫਲਾਇੰਗ ਸਕੁਐਡ ਟੀਮ ਦੇ ਨਾਲ ਅਚਨਚੇਤ ਚੈਕਿੰਗ ਕੀਤੀ, ਜ਼ਿਲ੍ਹਾ ਮਲੇਰਕੋਟਲਾ ਕਸਬਾ ਮੰਡੀ ਅਹਿਮਦਗੜ੍ਹ ਦੇ ਵਿੱਚ ਲਕਸ਼ਮੀ ਰਾਈਸ ਮਿਲ, ਜਦੋਂ ਜਿਸ ਟਾਈਮ ਅਸੀਂ ਉੱਥੇ ਚੈਕਿੰਗ ਕਰਨ ਲਈ ਗਏ ਤਾਂ ਉੱਥੇ ਸਾਨੂੰ 804 ਬੈਗ ਜਿਹੜੇ ਨੇ ਅਨਡਿਕਲੇਅਰਡ ਉੱਥੇ ਪਾਏ ਗਏ ਨੇ, ਜਿਹਦੇ ਵਿੱਚ 406 ਬੈਗ ਪਲਾਸਟਿਕ ਦੇ ਬੈਗ ਜਿਹਦੇ ਵਿੱਚ ਟੋਟਾ ਭਰਿਆ ਸੀ ਗੌਰਮੈਂਟ ਆਫ ਹਰਿਆਣਾ ਦੇ, ਉੱਥੇ ਮਾਰਕਾ ਲੱਗਿਆ ਹੋਇਆ ਸੀ, ਤੇ ਉਸ ਦੇ ਨਾਲ ਹੀ 300 ਜਿਹੜੇ 98 ਬੈਗ ਨੇ ਉਹ ਜੂਟ ਦੇ ਬੈਗਾਂ ਦੇ ਵਿੱਚ ਟੋਟਾ ਭਰਿਆ ਹੋਇਆ ਸੀ। ਟੋਟਲ 804 ਬੈਗ ਉੱਥੋਂ ਜਿਹੜੇ ਟੋਟੇ ਨਾ ਭਰੇ ਪਾਏ ਗਏ, ਜਿਹੜਾ ਟੋਟਾ ਚੌਲਾਂ ਦੇ ਵਿੱਚ ਮਿਕਸ ਹੋ ਕੇ ਸਰਕਾਰ ਨੂੰ ਸਪਲਾਈ ਹੋਣਾ ਸੀ, ਕਰਨਾ ਸੀ ਇਹਨਾਂ ਨੇ। ਸੋ ਮੈਂ ਸਾਰਿਆਂ ਨੂੰ, ਬਾਕੀ ਜਿਹੜੇ ਵਾਈਸ ਮਿਲ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਇਹ ਭ੍ਰਿਸ਼ਟਾਚਾਰ ਹੈ ਨਾ ਕੀਤਾ ਜਾਵੇ,